ਆਉਂਦਾ ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਪ੍ਰਤੱਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਵਿੱਚ ਸੱਜ ਬੈਠੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਦੇ ਅਤੀ ਸਤਿਕਾਰਯੋਗ ਜਥੇਦਾਰ ਸਿੰਘ ਸਾਹਿਬ ਸੰਤ ਬਾਬਾ ਕੁਲਵੰਤ ਸਿੰਘ ਜੀ ਅਤਿ ਸਤਿਕਾਰਯੋਗ ਪੰਜ ਪਿਆਰੇ ਸਾਹਿਬਾਨ ਸਮੂਹ ਗੁਰਦੁਆਰਾ ਬੋਰਡ ਦੇ ਪਦਾਧਿਕਾਰੀ ਸਮੂਹ ਅਤਿ ਸਤਿਕਾਰਯੋਗ ਮੈਂਬਰ ਸਾਹਿਬਾਨ ਸਰਦਾਰ ਥਾਨ ਸਿੰਘ ਜੀ ਅਤੇ ਅਤਿ ਸਤਿਕਾਰਯੋਗ ਸਮੂਹ ਸੰਤ ਮਹਾਂਪੁਰਸ਼ ਕਥਾਵਾਚਕ ਗੁਣੀ ਗਿਆਨੀ ਅਤੇ ਨਾਂਦੇੜ ਸ਼ਹਿਰ ਦੇ ਹੁਣੇ ਹੋਏ ਇਲੈਕਸ਼ਨ ਜਿਹਦੇ ਵਿੱਚ ਸਤਿਗੁਰਾਂ ਨੇ ਸੇਵਾ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਬਖਸ਼ਿਆ ਕਾਰਪੋਰੇਸ਼ਨ ਦੇ ਸਾਰੇ ਮੈਂਬਰ ਅਤੇ ਸਮੂਹ ਅਤਿ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੀ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਅਪਰਪਾਰ ਕਿਰਪਾ ਬਖਸ਼ਿਆ 2008 ਤੋਂ 300 ਸਾਲਾ ਗੁਰਤਾ ਗੱਦੀ ਦਿਵਸ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਰਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਉਦੋਂ ਤੋਂ ਲੈ ਕੇ ਹਰੇਕ ਸਾਲ ਇਹ ਗੁਰਤਾ ਗੱਦੀ ਦਿਵਸ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਸ ਗੁਰੂ ਗ੍ਰੰਥ ਸਾਹਿਬ ਭਵਨ ਦੇ ਵਿੱਚ ਕਿਉਂ ਸ਼ੁਰੂ ਤੋਂ ਪਹਿਲਾਂ ਦੋ ਟਾਈਮ ਮਨਾਉਣ ਦਾ ਨਿਰਣਾ ਆਇਆ। ਫਿਰ ਸਿੰਘ ਸਾਹਿਬ ਅਤੇ ਸਾਰੇ ਪ੍ਰਬੰਧਕਾਂ ਨੇ ਇਹ ਨਿਰਣਾ ਲਿਆ ਵੀ ਸ਼ਾਮ ਨੂੰ ਇੱਕ ਟਾਈਮ ਦਾ, ਕਿਉਂ ਸਾਰੇ ਗੁਰਸਿੱਖਾਂ ਨੇ ਕਾਰ ਵਿਹਾਰ ਕਰਨੇ ਕਾਰੋਬਾਰ, ਸ਼ਾਮ ਨੂੰ ਆਪਣਾ ਆਪਣਾ ਕੀਮਤੀ ਟਾਈਮ ਕੱਢ ਕੇ ਸਾਰੇ ਗੁਰੂ ਚਰਨਾਂ 'ਚ ਹਾਜ਼ਰੀਆਂ ਲਵਾਉਣਗੇ। ਬੜੀ ਅਪਰਪਾਰ ਕਿਰਪਾ ਬਖਸ਼ਿਸ਼ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਇਸ ਪਾਵਨ ਅਸਥਾਨ ਤੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅੱਜ ਬੜੀ ਸਾਰੇ ਗੁਰੂ ਚਰਨਾਂ ਜਿੰਨੇ ਗੁਰੂ ਪਿਆਰੀ ਸਾਧ ਸੰਗਤ ਬੈਠੀ ਆ, ਬੜੀ ਵੱਡੀ ਅਪਰਪਾਰ ਕਿਰਪਾ ਬਖਸ਼ਿਸ਼, ਸਭ ਤੋਂ ਵੱਡੀ ਕਿਰਪਾ ਜਿਹੜੀ ਪਹਿਲਾਂ ਸਤਿਗੁਰਾਂ ਦੀ ਗੁਰਸਿੱਖੀ ਜੀਵਨ ਤੇ ਬੜੀ ਅਪਰਪਾਰ ਬਖਸ਼ਿਸ਼ ਆ। ਕਿਉਂ ਜ਼ਿਆਦਾ ਟਾਈਮ ਨਹੀਂ ਲੈਣਾ, ਸਿੰਘ ਸਾਹਿਬ ਜੀ ਦਾ ਸਾਰਿਆਂ ਦਾ ਹਾਜ਼ਰੀ ਲਵਾਉਣੀ ਆ। ਬਾਬਾ ਹਰੀ ਸਿੰਘ ਜੀ, ਗਿਆਨੀ ਹਰਦੀਪ ਸਿੰਘ ਜੀ ਤੇ ਜਿਨ੍ਹਾਂ ਨੂੰ ਸਤਿਗੁਰਾਂ ਨੇ ਸਮਾਂ ਬਖਸ਼ਣਾ, ਬਸ ਗੁਰੂ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੀ ਅਪਰਪਾਰ ਬਖਸ਼ਿਸ਼ ਸਦਕਾ ਸਤਿਗੁਰਾਂ ਨੇ ਇਸ ਪਾਵਨ ਧਰਤੀ ਦੇ ਚਰਨ ਪਾਏ, ਧਰਤੀ ਨੂੰ ਭਾਗ ਲੱਗੇ, ਆਪਣਾ ਸਤਿਯੁਗੀ ਤਪ ਅਸਥਾਨ ਪ੍ਰਗਟ ਕੀਤਾ ਅਤੇ ਅੱਗੇ ਤੋਂ ਦੇਹ ਪ੍ਰਥਾ ਬੰਦ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ। ਆਪਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਲੜ ਲਾਇਆ। ਬੜੀ ਅਪਰਪਾਰ ਕਿਰਪਾ ਬਖਸ਼ਿਸ਼ ਹੈ ਇਸ ਨਗਰੀ ਤੇ, ਬੜੀ ਵੱਡੀ ਰਹਿਮਤ ਆ, ਉਹਨੇ ਬਿਆਨ ਨਹੀਂ ਕਰ ਸਕਦੇ। ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਕਿਰਪਾ ਕਰਨ ਸਾਰੀਆਂ ਸੰਗਤਾਂ ਦੇ ਚੱਲ ਕੇ ਆਏ ਕਦਮ ਲੇਖੇ ਲਾਉਣ, ਨਾਮ ਦੀਆਂ ਦਾਤਾਂ ਬਖਸ਼ਣ, ਗੁਰਸਿੱਖੀ ਜੀਵਨ ਬਖਸ਼ਣ, ਅੰਮ੍ਰਿਤ ਵੇਲਾ ਅੰਮ੍ਰਿਤ ਦੀਆਂ ਦਾਤਾਂ, ਸਾਰੇ ਗੁਰੂ ਪਿਆਰਿਆਂ ਦੇ ਸਤਿਗੁਰੂ ਚੜ੍ਹਦੀ ਕਲਾ ਵਾਲੇ ਕਾਰੋਬਾਰ ਬਖਸ਼ਣ, ਆਪਣੇ ਚਰਨਾਂ ਨਾਲ ਲਾ ਕੇ ਰੱਖਣ। ਸਾਰਿਆਂ ਨੇ ਆਪਣਾ ਆਪਣਾ ਕੀਮਤੀ ਟਾਈਮ ਕੱਢਿਆ। ਸੰਤ ਬਾਬਾ ਪ੍ਰੇਮ ਸਿੰਘ ਜੀ ਉਹ ਪੰਜਾਬ ਗਏ, ਮਾਤਾ ਸਾਹਿਬ ਤੋਂ ਵੀ ਸਿੰਘ ਆਏ ਆ, ਨਿਹੰਗ ਸਿੰਘ, ਸਾਰਿਆਂ ਕਥਾਵਾਚਕਾਂ ਗੁਣੀ ਗਿਆਨੀਆਂ ਨੇ ਸਾਰਿਆਂ ਨੇ ਹਾਜ਼ਰੀ ਲਵਾਈ ਆ। ਕਿਹਦਾ ਕਿਹਦਾ ਨਾਂ, ਸਾਰੇ ਅਤਿ ਸਤਿਕਾਰਯੋਗ ਆ। ਗੁਰੂ ਮਹਾਰਾਜ ਕਲਗੀਧਰ ਪਾਤਸ਼ਾਹ ਕਿਰਪਾ ਕਰਨ, ਬਖਸ਼ਿਸ਼ਾਂ ਕਰਨ। ਇਸੇ ਤਰ੍ਹਾਂ ਗੁਰੂ ਪਿਆਰੀਆਂ ਸੰਗਤਾਂ ਹਰੇਕ ਸਾਲ ਇਹ ਗੁਰਤਾ ਗੱਦੀ ਦਿਹਾੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਸਾਰੀਆਂ ਸੰਗਤਾਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣ, ਆਪਣੇ ਚਰਨਾਂ ਨਾਲ ਲਾ ਕੇ ਰੱਖਣ। ਆਈ ਕਿਰਪਾ ਕਰਨ ਸਤਿਗੁਰੂ ਬਖਸ਼ਿਸ਼ਾਂ ਕਰਕੇ ਆਪਣੇ ਚਰਨਾਂ ਨਾਲ ਹੀ ਨਿਭਾ ਲੈਣ। ਇੰਨੀ ਕੁ ਹਾਜ਼ਰੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।